ਦੇਸ਼ੁਰ ਦੇ ਵਿੱਚ ਬੈਠੇ ਸਾਡੇ ਸਾਰੇ ਉਹ ਦਰਸ਼ਕ ਜੋ ਜੁੜ ਚੁੱਕੇ ਨੇ ਇਸ ਸਮੇਂ ਡੀਡੀ ਪੰਜਾਬੀ ਚੈਨਲ ਦੇ ਨਾਲ ਉਹਨਾਂ ਦਾ ਨਿਗਾ ਸਵਾਗਤ ਕਰਦੇ ਆਂ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਅੱਜ ਦੀ ਗੱਲ ਪ੍ਰੋਗਰਾਮ ਦੇ ਤਹਿਤ ਗੱਲਬਾਤ ਰਹੇਗੀ ਖਾਸ ਇੱਕ ਵਿਸ਼ੇ ਬਾਰੇ ਜਿਹਨੂੰ ਲੈ ਕੇ ਰਾਸ਼ਟਰੀ ਪੱਧਰ ਦੇ ਉੱਤੇ ਉਪਰਾਲੇ ਜਿਹੜੇ ਪਾਰ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਗੱਲ ਕਰਨ ਲੱਗੇ ਆਂ ਡਾਇਰੀਆ ਵਰਗੀ ਇੱਕ ਬਿਮਾਰੀ ਦੀ ਉਹਦੇ ਬਾਰੇ ਚਰਚਾ ਰਹੇਗੀ ਅੱਜ ਦੇ ਇੱਕ ਇਸ ਲਾਈਵ ਸ਼ੋਅ ਦੇ ਵਿੱਚ ਅਜਿਹਾ ਜੋ ਵਿਸ਼ਾ ਤੁਹਾਨੂੰ ਦੱਸਦੇ ਆਂ ਜੀ ਰਾਸ਼ਟਰੀ ਡਾਇਰੀਆ ਰੋਕੋ ਅਭਿਆਨ 2024 ਤੇ ਇਸ ਵਿਸ਼ੇ ਦੇ ਉੱਤੇ ਚਰਚਾ ਦੇ ਲਈ ਅੱਜ ਸਾਡੇ ਨਾਲ ਸਟੂਡੀਓ 'ਚ ਸ਼ਾਮਲ ਨੇ ਜੀ ਸਭ ਤੋਂ ਪਹਿਲਾਂ ਮਿਲਵਾਉਂਦੇ ਆ ਡਾਕਟਰ ਯਸ਼ ਮਿੱਤਰਾ ਜੀ ਨੂੰ ਜੋ ਕਿ ਪ੍ਰੋਫੈਸਰ ਕਮਿਊਨਿਟੀ ਮੈਡੀਸਨ ਵਿਭਾਗ ਪੀਐਮਜ਼ ਦੇ ਨਾਲ ਸੰਬੰਧ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੇ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਜੀ ਡਾਕਟਰ ਅਨਰਾਧਾ ਬਾਂਸਲ ਜੋ ਕਿ ਬਾਲ ਮਾਹਰ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ ਡਾਇਰੀ ਦੀ ਜਦੋਂ ਗੱਲ ਕਰਦੇ ਆ ਸਮੇਂ-ਸਮੇਂ ਸਰ ਸਰਕਾਰਾਂ ਨੇ ਬਹੁਤ ਸਾਰੇ ਉਪਰਾਲੇ ਕੀਤੇ ਇਸ ਚੀਜ਼ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ 2 ਮਹੀਨੇ ਦਾ ਜਿਹੜਾ ਅਭਿਆਨ ਹੈ ਉਹ ਚਲਾਇਆ ਜਾ ਰਿਹਾ ਇਹਦੇ ਬਾਰੇ ਸਾਰੀ ਜਾਣਕਾਰੀ ਡਾਕਟਰ ਸਾਹਿਬ ਦੇ ਕੋਲੋਂ ਕਿ ਕੀ ਅਭਿਆਨ ਹੈ ਕਿਉਂ ਅਸੀਂ ਜਿਹਨਾਂ ਚੀਜ਼ਾਂ ਨੂੰ ਹਫਤਾਵਾਰੀ ਮਨਾਉਂਦੇ ਸੀ ਉਹਨੂੰ 2 ਮਹੀਨਿਆਂ ਦੇ ਇੱਕ ਅਭਿਆਨ ਦੇ ਵਿੱਚ ਚਲਾਇਆ ਗਿਆ ਕੀ ਮੰਤਵ ਹੈ ਇਸ ਸਾਰੇ ਅਭਿਆਨ ਦਾ ਡਾਕਟਰ ਸਾਹਿਬ ਸਾਨੂੰ ਪੂਰੀ ਜਾਣਕਾਰੀ ਜਿਹੜੀ ਇਹਦੇ ਬਾਰੇ ਤੁਸੀਂ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦੂਰਦਰਸ਼ਨ ਦਾ ਬਹੁਤ ਆਭਾਰੀ ਹਾਂ ਕਿ ਅੱਜ ਇੰਨੇ ਇੰਪੋਰਟੈਂਟ ਵਿਸ਼ੇ ਦੇ ਉੱਤੇ ਤੁਸੀਂ ਸਾਨੂੰ ਮੌਕਾ ਦਿੱਤਾ ਇਸ ਅਵੇਅਰਨੈਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜੀ ਤੇ ਅਗਰ ਥੋੜਾ ਜਿਹਾ ਪਿਛੋਕੜ ਚ ਜਾਈਏ ਹਮ ਤੇ ਸਰਕਾਰ ਨੇ 1978 ਵਿੱਚ ਨੈਸ਼ਨਲ ਡਾਇਰੀਆ ਕੰਟਰੋਲ ਪ੍ਰੋਗਰਾਮ ਬਣਾਇਆ ਸੀਗਾ ਜੀ ਜੋ ਚੱਲ ਰਿਹਾ ਹਲੇ ਵੀ ਹਮ ਤੇ ਉਹਦੇ ਤਹਿਤ ਇਹ ਬੱਚਿਆਂ ਦੀ ਜਿਹੜੀ ਮ੍ਰਿਤਯੂ ਦਰ ਹੈ ਹਮ 5 ਸਾਲ ਤੋਂ ਘੱਟ ਬੱਚਿਆਂ ਦੀ ਹਮ ਜਿਹੜੇ ਕਿ ਡਾਇਰੀਆ ਦੇ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਖੋ ਬੈਠਦੇ ਨੇ ਜੀ ਉਹਨਾਂ ਵਾਸਤੇ ਸ਼ੁਰੂ ਕੀਤਾ ਗਿਆ ਸੀਗਾ ਠੀਕ ਹੈ ਤੇ ਪਰ ਦੇਖਿਆ ਗਿਆ ਕਿ ਉਨੀ ਪ੍ਰੋਗਰੈਸ ਨਹੀਂ ਹੋ ਰਹੀ ਹਮ ਤੇ ਉਸ ਉਸ ਤੋਂ ਬਾਅਦ ਨਾਲ ਹੀ ਸ਼ੁਰੂ ਕੀਤਾ ਗਿਆ ਕਿ ਇੱਕ 15ਵਾੜਾ ਬਣਾਇਆ ਜਾਵੇ ਜੋ ਕਿ ਪਿਛਲੇ ਸਾਲ ਤੱਕ ਚੱਲਦਾ ਰਿਹਾ ਜੀ ਇਹ ਇਹ 15ਵਾੜਾ ਜਿਹੜਾ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਬਣਾਇਆ ਜਾਂਦਾ ਜਦੋਂ ਕਿ ਆਪਣਾ ਬਰਸਾਤੀ ਮੌਸਮ ਸ਼ੁਰੂ ਹੁੰਦਾ ਜੀ ਕਿਉਂਕਿ ਇਸ ਸਮੇਂ ਦੌਰਾਨ ਜਿਹੜਾ ਦਸ ਦੇ ਮਰੀਜ਼ ਜ਼ਿਆਦਾ ਹੁੰਦੇ ਆ ਪਰ ਇਸ ਸਾਲ ਤੋਂ 2024 ਤੋਂ ਇਹਨੂੰ ਇੱਕ ਸਪੈਸ਼ਲ ਮੋਹਮ ਤੋ ਐ ਤੈ ਜੀ ਜਿਹਨੂੰ ਕਿ ਸਟਾਪ ਡਾਇਰੀਆ ਕੈਂਪੇਨ 2024 ਦਾ ਨਾਮ ਦਿੱਤਾ ਗਿਆ ਜੀ ਔਰ ਇਹਦੇ ਵਿੱਚ ਇਹ ਜਿਹੜੇ ਐਕਟੀਵਿਟੀਜ਼ ਆ ਜੋ ਕਿ ਪਹਿਲਾਂ ਵੀ ਚੱਲ ਰਹੀਆਂ ਉਹ 2 ਮਹੀਨੇ ਲਈ ਚੱਲਣਗੀਆਂ 2 ਮਹੀਨੇ ਦਾ ਮਤਲਬ 1 ਜੁਲਾਈ 2024 ਤੋਂ ਲੈ ਕੇ 31 ਅਗਸਤ 2024 ਤੱਕ ਜੀ ਤੋਂ ਇਹ ਦੇਖੋ ਅਗਰ ਥੋੜਾ ਹੋਰ ਅਸੀਂ ਸਟੈਟਿਸ ਨੂੰ ਪੜੀਏ ਹੂੰ ਤੇ 1990 ਵਿੱਚ ਜਿਹੜੇ ਮੌਤ ਦੀ ਦਰ ਸੀਗੀ ਅੰਡਰ 5 ইয়ারਸ ਜੀ ਅੰਡਰ 5 ਇੱਕ ਬੜਾ ਇੰਪੋਰਟੈਂਟ ਲੈਂਡਮਾਰਕ ਜਿਹਨੂੰ ਕਹਿੰਦੇ ਆ ਕਿਸੇ ਵੀ ਦੇਸ਼ ਦੀ ਤਰੱਕੀ ਨੂੰ ਜਾਂ ਉਹਦੀਆਂ ਸਿਹਤ ਸੇਵਾਵਾਂ ਨੂੰ ਦੇਖਣਾ ਤਾਂ ਅਸੀਂ ਅੰਡਰ 5 ਨੂੰ ਦੇਖਦੇ ਆ ਹੂੰ ਤੇ 1990 ਵਿੱਚ ਇਹ ਦਰ ਜਿਹੜੀ ਇੰਡੀਆ ਚ 126 ਬੱਚੇ 1000 ਜਮੇ ਬੱਚਿਆਂ ਦੇ ਪਿੱਛੇ ਆਪਣੀ ਜਾਨ ਗਵਾ ਬੈਟਦੇ ਸੀ ਡਾਇਰੀਆ ਦੇ ਨਾਲ ਡਾਇਰੀਆ ਦੀ ਕਰਕੇ ਜੀ ਡਾਇਰੀਆ ਦੀ ਸਾਰੀਆਂ ਬਿਮਾਰੀਆਂ ਜੀ ਤੇ ਇਹ ਹੁਣ ਸਰਕਾਰ ਦੇ ਉਪਰਾਲੇ ਜਿਹੜਾ ਕਿ ਨੈਸ਼ਨਲ ਡਾਇਰੀਆ ਕੰਟਰੋਲ ਜਿੱਦਾਂ ਕਿ ਮੈਂ ਆਪ ਜੀ ਨੂੰ ਦੱਸਿਆ ਹੂੰ ਤੋਂ ਉਹਦੇ ਨਾਲ ਹੁਣ ਇਹ ਜਿਹੜੀ ਦਰ 2020 ਤੱਕ ਹੂੰ 33 ਤੱਕ ਪਹੁੰਚ ਗਈ ਹੈ 1000 ਪਿੱਛੇ ਹੂੰ ਇੰਨਾ ਫਰਕ ਪਿਆ ਜੀ ਪਰ ਹੁਣ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਇਹ 33 ਨੂੰ ਵੀ ਅਸੀਂ ਜ਼ੀਰੋ ਤੇ ਲਿਆਣਾ ਜੀ ਇਸ ਨੂੰ ਇਹਨੂੰ ਜ਼ੀਰੋ ਬੈਟਸ ਅੰਡਰ 5 ਦਾ ਨਾਮ ਜੀ ਡਾਕਟਰ ਸਾਹਿਬ ਨੇ ਜਦੋਂ ਗੱਲ ਦੱਸੀ ਕਿ ਦਰ ਜਿਹੜੀ ਵੱਖ ਬਿਮਾਰੀਆਂ ਦੀ ਉਹ ਵੱਧ ਗਈ ਟਾਰਗੇਟ ਸਾਡਾ ਜ਼ੀਰੋ ਹੈ ਦੂਜੇ ਪਾਸੇ ਸਵਾਲ ਹੁਣ ਇਹ ਖੜਾ ਹੁੰਦਾ ਕਿ ਜਦੋਂ ਆਪਾਂ ਡਾਕਟਰ ਸਾਹਿਬ ਡਾਇਰੀਆ ਦੀ ਗੱਲ ਕਰਦੇ ਆ ਸਾਡੇ ਕੋਲ ਵਾਟਰ ਪਿਉਰੀਫਾਇਰ ਵੱਧ ਗਏ ਮਤਲਬ ਪਾਣੀ ਨੂੰ ਹੋਰ ਪਿਓਰ ਕਰਨ ਦੇ ਤਰੀਕੇ ਵੱਧ ਗਏ ਖਾਣਾ ਪੀਣਾ ਅਸੀਂ ਕਹਿੰਨੇ ਅਸੀਂ ਹੋਰ ਸ਼ੁੱਧ ਖਾਂਦੇ ਆ ਪਹਿਲਾਂ ਦੇ ਨਾਲੋਂ ਬਹੁਤ ਪ੍ਰੀਕੌਸ਼ਨਸ ਅਸੀਂ ਲੈਣੇ ਆ ਕੀ ਕਾਰਨ ਹੈ ਕਿ ਡਾਇਰੀਆ ਜਿਹੜਾ ਫਿਰ ਵੀ ਵੱਧ ਰਿਹਾ ਫਿਰ ਵੀ ਇਹ ਫੈਲ ਰਿਹਾ ਰੀਜ਼ਨ ਕੀ ਇਹਦਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਾਡਾ ਇੱਕ ਪਾਰਟਿਕੂਲਰ ਇਨਕਮ ਗਰੁੱਪ ਵਿੱਚ ਜਿੱਦਾਂ ਜਿਹਨੋਂ ਅਸੀਂ ਕਹਿੰਦੇ ਆ ਹਾਇਰ ਇਨਕਮ ਗਰੁੱਪ ਉੱਥੇ ਖਾਣਾ ਪੀਣਾ ਬੈਟਰ ਹੋ ਗਿਆ ਚੰਗਾ ਹੋ ਗਿਆ ਸਾਡਾ ਪਾਣੀ ਵੀ ਫਿਲਟਰਡ ਹੋ ਗਿਆ ਪਰ ਇਹ ਸਾਰੀਆਂ ਸੁਵਿਧਾਵਾਂ ਹਰ ਤਬਕੇ ਦੇ ਵਿੱਚ ਨਹੀਂ ਹੈਗੀਆਂ ਜਿਹੜੇ ਸਲਮਜ਼ ਵਿੱਚ ਰਹਿਣ ਵਾਲੇ ਲੋਕੀ ਨੇ ਜਿਹੜੇ ਪੂਰਪਰ ਪੀਪਲ ਨੇ ਉਹ ਹਜੇ ਵੀ ਨਲਕੇ ਦਾ ਪਾਣੀ ਪੀਂਦੇ ਨੇ ਜੀ ਨਾ ਉੱਥੇ ਇਹ ਸਾਰੀਆਂ ਸੁਵਿਧਾਵਾਂ ਨਹੀਂ ਹੈਗੀਆਂ ਉਹਨਾਂ ਕੋਲ ਫਿਲਟਰ ਨਹੀਂ ਹੁੰਦਾ ਜਿੱਦਾਂ ਸਾਡੇ ਕੋਲ ਬਹੁਤ ਬਾਰੀ ਪੇਸ਼ੈਂਟ ਆਉਂਦੇ ਨੇ ਸੇ ਪੁੱਛਦੇ ਆ ਕਿ ਕਿਹੜਾ ਪਾਣੀ ਵਰਤਦੇ ਹੋ ਉਹ ਜ਼ਿਆਦਾਤਰ ਇਹ ਕਹਿੰਦੇ ਆ ਜੀ ਅਸੀਂ ਟੂਟੀ ਦਾ ਪਾਣੀ ਪੀਂਦੇ ਆ ਜੀ ਦੂ ਅੱਜ ਕੱਲ ਇਹ ਜ਼ੋਮੈਟੋ ਸਵਿਗੀ ਹਰ ਤਰ੍ਹਾਂ ਦੇ ਆਊਟਲੈਟਸ ਨੂੰ ਕੇਟਰ ਕਰ ਦਿੰਦੇ ਨੇ ਬੱਚਿਆਂ ਕੋਲ ਹੀ ਫੋਨ ਹੁੰਦਾ ਉਹ ਵੀ ਆਰਡਰ ਕਰ ਲੈਂਦੇ ਨੇ ਆਪੇ ਤਾਂ ਇਸ ਕਰਕੇ ਕਿਹੜਾ ਆਊਟਲੈਟ ਸਾਫ਼ ਖਾਣਾ ਦੇ ਰਿਹਾ ਹੈ ਕਿਹੜਾ ਨਹੀਂ ਦੇ ਰਿਹਾ ਤਾਂ ਫੂਡ ਹਾਈਜੀਨ ਜਿਹੜੀ ਹੈਗੀ ਹੈ ਸਾਰੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਨਹੀਂ ਮੇਨਟੇਨ ਹੋ ਪਾ ਰਹੀ ਇਹ ਆਪਾਂ ਨੂੰ ਇਦਾਂ ਕਹਿ ਸਕਦੇ ਹਾਂ ਕਿ ਬਾਹਰਲੇ ਖਾਣੇ ਖਾਣ ਦਾ ਰੁਝਾਨ ਜਿੰਨਾ ਸਮੇਂ ਦੇ ਨਾਲ ਵਧਿਆ ਉਹਨੇ ਇਸ ਬਿਮਾਰੀ ਨੂੰ ਜ਼ਿਆਦਾ ਪ੍ਰੋਤਸਾਹਿਤ ਕੀਤਾ ਉਦੋਂ ਉਹਦਾ ਵੀ ਇੱਕ ਕਾਰਨ ਹੈ ਉਹ ਵੀ ਇੱਕ ਕਾਰਨ ਹੈਗਾ ਤੇ ਪਾਣੀ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਕਿ ਸਾਫ ਪਾਣੀ ਨਹੀਂ ਹੁੰਦਾ ਸਲਮਸ ਦੇ ਵਿੱਚ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਤੇ ਕੁਝ ਤਰ੍ਹਾਂ ਦੇ ਡਾਇਰੀਆ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਸਫਾਈ ਤੋਂ ਬਾਅਦ ਵੀ ਹੋ ਸਕਦੇ ਨੇ ਉਸ ਤੋਂ ਬਚਣ ਵਾਸਤੇ ਸਰਕਾਰ ਨੇ ਰੋਟਾ ਵਾਇਰਸ ਵੈਕਸੀਨ ਵੀ ਫ੍ਰੀ ਦੇਣੀ ਸ਼ੁਰੂ ਕੀਤੀ ਹੈ ਸਰਕਾਰੀ ਟੀਕਾ ਕਰਨ ਦੇ ਵਿੱਚ ਤਾਂ ਕਿ ਜਿਹੜਾ ਸਫਾਈ ਹੋਣ ਤੋਂ ਬਾਅਦ ਵੀ ਜਿਹੜਾ ਡਾਇਰੀਆ ਹੁੰਦਾ ਹੈ ਉਹਦੇ ਨਾਲੋਂ ਬਚਾਅ ਹੋ ਸਕੇ ਵੈਕਸੀਨ ਦੀ ਗੱਲ ਕੀਤੀ ਮੈਮ ਨੇ ਜੀ ਮੈਡਮ ਨੇ ਜਿੱਦਾਂ ਹੁਣ ਦੱਸਿਆ ਕਿ ਰੋਟਾ ਵਾਇਰਸ ਵੈਕਸੀਨ ਇਹ ਦੇਖਿਆ ਕਿ ਜਿਹੜੇ ਦਸਤ ਦੀ ਬਿਮਾਰੀ ਹੈ ਹਮ ਅ ਬਟ ਅੰਡਰ 5 ইয়ারਸ ਉਹਦਾ ਜ਼ਿਆਦਾਤਰ ਕਾਰਨ ਜਿਹੜਾ ਕੋਈ 10 ਤੋਂ 25% ਰੋਟਾ ਵਾਇਰਸ ਹੈ ਹਮ ਜਿਹੜਾ ਕਿ ਪ੍ਰिवੈਂਟੇਬਲ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਦਸਤ ਨੇ ਇਹ ਪ੍ਰिवੈਂਟੇਬਲ ਨੇ ਇਹਨਾਂ ਨੂੰ ਆਪਾਂ ਰੋਕਥਾਮ ਕਰ ਸਕਦੇ ਹਾਂ ਜੀ ਤੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਤੋਂ ਉਹਦੇ ਵਾਸਤੇ ਸਰਕਾਰ ਨੇ 2014 ਵਿੱਚ ਰੋਟਾ ਵਾਇਰਸ ਵੈਕਸੀਨ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਜੀ ਔਰ ਇਹਦੇ ਵਿੱਚ ਕੋਈ ਟੀਕਾ ਨਹੀਂ ਹੈ ਸਿਰਫ ਡ੍ਰੌਪਸ ਨੇ ਜਿਦਾ ਆਪਾਂ ਪੋਲੀਓ ਦੇ ਡ੍ਰੌਪ ਦਿੰਨੇ ਆ ਉਸੇ ਤਰ੍ਹਾਂ ਇਹ 2 ਐਮ ਐਲ ਜਿਹੜੀ ਹੈਗੀ ਹੈ ਵੈਕਸੀਨ ਜੀ ਬੱਚੇ ਨੂੰ 6ਵੇਂ 6ਵੇਂ ਹਫ਼ਤੇ 10ਵੇਂ ਤੇ 14ਵੇਂ ਯਾਨੀ ਕਿ ਜਿੱਦਾ ਜਿੱਦਾ ਨਾਲ ਆਪਣਾ ਡੀ ਪੀਟੀ ਜਾਂ ਪੈਂਟਾਵਲੈਂਟ ਇੰਜੈਕਸ਼ਨ ਲੱਗਦਾ ਇਹਨੇ ਟਾਈਮ ਦੇ ਉੱਤੇ ਤੇ ਉਦਾਂ ਹੀ ਦਿੱਤੀ ਜਾਂਦੀ ਹੈ মানে ओरल नहीं हो सकती ये वैक्सीनेशन ਦੇ ਦੁਆਰਾ ਹੀ ਹੋਣੀ ਹੈ ओरल 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 प्लान ਹੈ ਜੀ 2 ਐਮਐਲ ਤੁਸੀਂ 2 ਐਮਐਲ ਉਹ ओरल ਜਿਹੜੀ ਉਹਨਾਂ ਨੂੰ ਦੇਣੀ ਦਿੱਤੀ ਜਾਂਦੀ ਜੀ ਜਿਹੜੀ ਆਪਾਂ ਗੱਲ ਕਰਦੇ ਕਿ ਸਲਮ ਏਰੀਆਜ਼ ਦੇ ਵਿੱਚੋਂ ਜ਼ਿਆਦਾਤਰ ਕੇਸ ਆਉਂਦੇ ਆ ਪਰ ਰੋਟਾ ਵਾਇਰਸ ਦੀ ਆਪਾਂ ਅਗਰ ਗੱਲ ਕਰਦੇ ਉਹਦੇ ਨਾਲ ਹੋ ਰਿਹਾ वैक्सीनेशन ਜਿਹੜੀ ਫ੍ਰੀ ਆਫ ਕਾਸਟ ਅਵੇਲੇਬਲ ਹੁਣ ਜਿਹੜੀ ਇਹ ਜਾਣਕਾਰੀ ਹੈ ਉਹ ਸਲਮ ਏਰੀਆਜ਼ ਦੇ ਲੋਕ ਖਾਸ ਕਰਕੇ ਉਹ ਜਗ੍ਹਾ ਜਿੱਥੇ ਇਹ ਦਿੱਕਤਾਂ ਬਾਰ ਬਾਰ ਸਾਨੂੰ ਦੇਖਣ ਨੂੰ ਮਿਲਦੀਆਂ ਜੋ ਡਾਟਾ ਦੱਸਦਾ ਹੈ ਸਾਨੂੰ ਹੁਣ ਇਹ ਦਿੱਕਤਾਂ ਨੂੰ ਠੀਕ ਕਰਨ ਲਈ ਜਿਹੜੇ ਲੋਕ ਨੇ ਇਹਨਾਂ ਸਕੀਮਾਂ ਦਾ ਫਾਇਦਾ ਲੈਣਾ ਪੰਜੀਕ੍ਰਿਤ ਕਰਾਉਣਾ ਆਪਣੇ ਆਪ ਨੂੰ ਉਹ ਕਿਹ ਕੀ ਪ੍ਰੋਸੈਸ ਹੈ ਕਿੱਥੋਂ ਜਾਣਕਾਰੀ ਉਹਨਾਂ ਨੂੰ ਮਿਲ ਸਕਦੀ ਹੈ ਸਾਰੀ ਬੜਾ ਸਿੰਪਲ ਪ੍ਰੋਸੈਸ ਹੈ इवन ਆਂਗਣਵਾੜੀ ਦੇ ਵਿੱਚ ਤੇ ਜਿਹੜੀਆਂ ਲੋਕਲ ਸਰਕਾਰੀ ਡਿਸਪੈਂਸਰੀਆਂ ਨੇ ਜਿੱਥੇ ਵੀ ਟੀਕਾਕਰਨ ਹੁੰਦਾ ਹੈ ਉੱਥੇ ਰੋਟਾ ਵਾਇਰਸ ਵੈਕਸੀਨ 1.5 ਮਹੀਨੇ 2.5 ਮਹੀਨੇ ਤੇ 3.5 ਮਹੀਨੇ ਵਾਲੇ ਟੀਕੇ ਨਾਲ ਫ੍ਰੀ ਦਿੱਤੀ ਜਾਂਦੀ ਹੈ ਜੀ ਤੇ ਹਰ ਬੱਚਾ ਜਿਹੜਾ ਟੀਕਾਕਰਨ ਕਰਵਾਉਣ ਵਾਸਤੇ ਸਰਕਾਰੀ ਡਿਸਪੈਂਸਰੀ ਜਾਂ ਸਰਕਾਰੀ ਕਲੀਨਿਕ ਜਾਏਗਾ ਆਮ ਆਦਮੀ ਕਲੀਨਿਕ ਜਾਏਗਾ ਉਹਨੂੰ ਇਹ ਟੀਕਾ ਫ੍ਰੀ ਦਿੱਤਾ ਜਾਵੇਗਾ ਰੋਟਾ ਵਾਇਰਸ ਜਿਹਦਾ ਡਾਕਟਰ ਸਾਹਿਬ ਨੇ ਦੱਸਿਆ ਕਿ ਵਾਇਰਸ ਨਾਲ ਜ਼ਿਆਦਾ ਡਾਇਰੀਆ ਹੁੰਦਾ ਹੈ ਰੋਟਾ ਵਾਇਰਸ ਉਹਨਾਂ ਵਿੱਚ ਇੱਕ ਵਾਈਰਸ ਹੈ ਜਿਹੜਾ ਡਾਇਰੀਆ ਤੋਂ ਬਚਾਉਂਦਾ ਹੈ ਜੀ ਤੇ ਜ਼ਿਆਦਾਤਰ ਜਿਹੜਾ 1 ਸਾਲ ਤੋਂ ਛੋਟੇ ਬੱਚੇ ਨੂੰ ਜਾਨਲੇਵਾ ਡਾਇਰੀਆ ਹੁੰਦਾ ਹੈ ਉਹਦੇ ਤੋਂ ਬਚਾਉਂਦਾ ਹੈ ਤਾਂ ਸਰਕਾਰ ਦੀ ਪਹਿਲੀ ਕੋਸ਼ਿਸ਼ ਇਹ ਹੈ ਕਿ ਅਸੀਂ ਜਾਨਲੇਵਾ ਚੀਜ਼ਾਂ ਨੂੰ ਘੱਟ ਕਰੀਏ ਇਸ ਕਰਕੇ ਸਰਕਾਰ ਨੇ ਇਸ ਵੈਕਸੀਨ ਨੂੰ ਇਨਕਲੂਡ ਕੀਤਾ ਜਿਹੜੇ ਬਹੁਤ ਛੋਟੇ ਬੱਚੇ ਰੱਖੋ ਜਦੋਂ ਆਪਾਂ ਕਹਿੰਦੇ ਕਿ 1 ਸਾਲ ਤੋਂ ਉਮਰ ਦੇ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਜ਼ਿਆਦਾ ਜਿਹੜਾ ਕਈ ਵਾਰ ਦਿੱਕਤ ਆ ਜਾਂਦੀ ਜ਼ਿਆਦਾਤਰ 5 ਸਾਲ ਤੋਂ ਛੋਟੇ ਬੱਚੇ ਆ ਹੁਣ ਆਪਾਂ ਦਾ ਕਈ ਵਾਰ ਇਹ ਵੀ ਸੁਣਿਆ ਕਿ ਜਿਹੜੇ ਬਹੁਤ ਛੋਟੇ ਬੱਚੇ ਅਸੀਂ ਤਾਂ ਉਹਨਾਂ ਨੂੰ ਪਾਣੀ ਤੱਕ ਦੇਣ ਤੋਂ ਗੁਰ ਦਾਲ ਦੀ ਕੋਈ ਫਾਰਮ ਦੇ ਦਿੱਤੀ ਉਹਦੇ باوجود ਡਾਇਰੀਆ ਹੋਣ ਦੇ ਕੀ ਰੀਜਨਸ ਨੇ ਉਹ ਦੇਖੋ ਤੁਸੀਂ ਬੜਾ ਇੰਪੋਰਟੈਂਟ ਸਵਾਲ ਕੀਤਾ ਕਿਉਂਕਿ ਅਸੀਂ ਜੋ ਅਵੇਅਰਨੈਸ ਲਿਆਣੇ ਆ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਅਵੇਅਰ ਨਹੀਂ ਖਾਸ ਕਰ ਉਹ ਲੋਕ ਜਿਨ੍ਹਾਂ 'ਚ ਬਿਮਾਰੀ ਜ਼ਿਆਦਾ ਪਾਈ ਜਾਂਦੀ ਹੈ ਕਿ 6 ਮਹੀਨੇ ਤੱਕ ਐਕਸਕਲੂਸਿਵਲੀ ਬ੍ਰੈਸਟ ਫੀਡਿੰਗ ਮਾਂ ਦਾ ਦੁੱਧ ਦਿੱਤਾ ਜਾਣਾ ਚਾਹੀਦਾ ਨਾ ਕਿ ਕੋਈ ਹੋਰ ਗਾਂ ਦਾ ਦੁੱਧ ਦਿੱਤਾ ਪਤਲਾ ਕਰਕੇ ਜਾਂ ਡੱਬੇ ਵਾਲਾ ਦੁੱਧ ਤੇ ਉਹਦੇ ਨਾਲ ਬੱਚੇ ਦੇ ਇਮਿਊਨਿਟੀ ਆਉਂਦੀ ਹੈ ਬਾਡੀ ਜਿਹੜੀ ਕਿ ਦਸਤਾਂ ਨੂੰ ਆਪਣਾ ਫਾਈਟ ਕਰ ਸਕਦੀ ਹੈ ਜੀ ਔਰ ਦੂਜੀ ਗੱਲ ਇਹ ਹੈ ਕਿ 6 ਮਹੀਨੇ ਤੋਂ ਬਾਅਦ ਜਦੋਂ ਬੱਚਾ ਦੂਜੀ ਡਾਈਟ ਦੇ ਉੱਤੇ ਵੀ ਨਹੀਂ ਜਿਹਨੂੰ ਕਹਿੰਦੇ ਆਪਾਂ ਸੈਮੀ ਸੋਲਿਡ ਕੋਈ ਖਿਚੜੀ ਦलिया ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜੀ ਤੇ ਆਪਾਂ ਸ਼ਿਫਟ ਕਰਦੇ ਹਾਂ ਉਦੋਂ ਇਹ ਚਾਂਸਸ ਜ਼ਿਆਦਾ ਫਿਰ ਜਦੋਂ ਬੱਚਾ ਆਪਣਾ ਰਿਡਨ ਲਗਦਾ ਤਾਂ ਉਹ ਅਲੱਗ-ਅਲੱਗ ਜਗ੍ਹਾ ਤੇ ਜਿਹੜੀਆਂ ਕਿ ਗੰਦੀਆਂ ਹੋਣਗੀਆਂ ਜਿੱਥੇ ਕੋਈ ਮੇਬੀ ਕਿਸੇ ਦਾ ਮਲ ਮੂਤਰ ਹੋਵੇ ਉੱਥੇ ਵੀ ਹੱਥ ਲਗਾਉਂਦਾ ਮੱਖੀਆਂ ਵਾਲੀ ਜਗ੍ਹਾ ਤੇ ਤਾਂ ਉਹਨੂੰ ਚਾਂਸਸ ਜ਼ਿਆਦਾ ਹੁੰਦੇ ਇਸ ਕਰਕੇ ਜੀ ਇਹਦਾ ਮਤਲਬ ਡਾਕਟਰ ਸਾਹਿਬ ਕਿ ਆਪਾਂ ਜੇ ਮੰਨ ਕੇ ਚੱਲੀਏ ਕਿ ਅਗਰ ਜਿਹੜੇ ਛੋਟੇ ਬੱਚੇ ਇਹਦੀ ਲਪੇਟ ਚ ਜ਼ਿਆਦਾ ਹੁੰਦੇ ਜੋ ਕਿ ਸਾਨੂੰ ਪਹਿਲੀਆਂ ਵੀ ਰਿਪੋਰਟਸ ਸਾਡੇ ਆਈਆਂ ਜਾਂ ਸ਼ੁਰੂ ਤੋਂ ਜਦੋਂ ਡੈਰੀ ਨੂੰ ਤੋਂ ਚੱਲ ਰਹੇ ਆ ਇਹਦਾ ਮਤਲਬ ਕਿ ਲੋਕਾਂ ਨੂੰ ਇਸ ਗੱਲ ਬਾਰੇ ਜਾਗਰੂਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਕੱਲਾ ਪਾਣੀ ਨਹੀਂ ਕੱਲੀ ਖੁਰਾਕ ਨਹੀਂ ਜਿਹੜਾ ਸਾਡਾ ਆਹਲਾ ਦਵਾਲਾ ਆ ਬਿਲਕੁਲ ਉਹਨੂੰ ਕਿੰਨਾ ਸਾਫ਼ ਰੱਖਣਾ ਚਾਹੀਦਾ ਤੇ ਕੀ ਤਰੀਕੇ ਨੇ ਐਸੀ ਕਰਕੇ ਜਦੋਂ ਪੈਰੈਂਟਸ ਸਾਡੇ ਕੋਲ ਆਂਦੇ ਨੇ ਆਪੀਡੀ ਦੇ ਵਿੱਚ ਅਸੀਂ ਉਹਨਾਂ ਨੂੰ ਕਹਿੰਦੇ ਕਿ ਪਹਿਲੇ 6 ਮਹੀਨੇ ਸਿਰਫ ਤੇ ਸਿਰਫ ਮਾਦਾ ਦੁੱਧ ਪਿਲਾਓ ਦੋ ਚੀਜ਼ਾਂ ਜਿਹੜੇ ਡਾਕਟਰ ਸਾਹਿਬ ਨੇ ਦੱਸੀਆਂ ਇੱਕ ਤਾਂ ਮਾਦੇ ਦੁੱਧ ਦੇ ਵਿੱਚ ਇਮਿਊਨਿਟੀ ਹੁੰਦੀ ਹੈ ਜਿਹਦਾ ਤੁਹਾਨੂੰ ਜੇ ਤਾਂ ਮਦਰ 20 ਸਾਲ ਦੀ ਹੋ ਗਈ 25 ਸਾਲ ਦੀ ਹੋ ਗਈ ਜਿਹੜੀ ਉਹਨੂੰ ساری ਜ਼ਿੰਦਗੀ ਇਨਫੈਕਸ਼ਨਸ ਹੋਈਆਂ ਨੇ ਉਹਦੇ ਬਾਡੀ ਵਿੱਚ ਉਹਨਾਂ ਦੇ ਅਗੇਂਸਟ ਐਂਟੀਬਾਡੀਜ਼ ਨੇ ਇਮਿਊਨਿਟੀ ਹੈਗੀ ਉਹ ਬੱਚੇ ਨੂੰ ਮਾਦੇ ਦੁੱਧ ਰਹੀ ਮਿਲੇਗੀ ਦੂਜੀ ਚੀਜ਼ ਬਾਹਰ ਦਾ ਕੁਝ ਸਮਾਨੰਦਰ ਨਹੀਂ ਜਾਏਗਾ ਤਾਂ ਫਿਰ ਬੱਚੇ ਨੂੰ ਇਨਫੈਕਸ਼ਨ ਦੇ ਚਾਂਸ ਘੱਟ ਹੋਣਗੇ ਹੂੰ 6 ਮਹੀਨੇ ਤੋਂ ਬਾਅਦ ਇੱਕ ਤਾਂ ਇਹ ਹੈ ਕਿ ਐਸੇ ਕਹਿੰਦੇ ਬਾਹਰ ਦਾ ਖਾਣਾ ਸ਼ੁਰੂ ਕਰੋ ਪਰ ਦੁੱਧ ਮਾਦਾ ਹੀ ਪਿਲਾਓ ਹੂੰ 1 ਸਾਲ ਤੱਕ ਮਾਦਾ ਹੀ ਦੁੱਧ ਦਿਵੋ ਕਈ ਲੋਕਾਂ ਨੂੰ ਹੁੰਦਾ ਉਹ ਨਹੀਂ ਕਰਨਾ ਹੂੰ ਮਾਦਾ ਦੁੱਧ ਪਿਲਾਓ ਤੇ ਨਾਲ ਖਾਣਾ ਸ਼ੁਰੂ ਕਰੋ ਜੀ ਠੀਕ ਹੈ ਜੀ ਤੇ ਨਾਲ ਹੁੰਦਾ ਹੈ ਕਿ ਬੱਚੇ ਦੇ ਆਸ-ਪਾਸ ਜਿਹੜੇ ਟੌイズ ਹੁੰਦੇ ਨੇ ਅਸੀਂ ਹਰ ਵਾਰੀ ਮਾਪਿਆਂ ਨੂੰ ਕਹਿੰਦੇ ਆ ਕਿ ਇੱਕ ਦਿਨ ਵਿੱਚ ਇੱਕ ਵਾਰੀ ਹੂੰ ਤੁਸੀਂ ਉਹਨੂੰ ਸਾਫ਼ ਸਾਬਣ ਵਾਲੇ ਪਾਣੀ ਨਾਲ ਧੋ ਲਵੋ ਜੀ ਡਾਕਟਰ ਆਪਾਂ ਹੁਣ ਜਦੋਂ ਕੋਈ ਵੀ ਅ ਅਭਿਆਨ ਆਉਂਦਾ ਹੈ ਸਰਕਾਰ ਦੇ ਵੱਲੋਂ ਆਉਂਦਾ ਲੋਕਾਂ ਤੱਕ ਪਹੁੰਚਾਇਆ ਜਾਣਾ ਉਹਦੇ 'ਚ ਮਹੱਤਵਪੂਰਨ ਇੱਕ ਕੜੀ ਹੈ ਜਾਗਰੂਕ ਕਰਨ ਦੀ ਕਿ ਕਿਹੜੀਆਂ ਕੈਂਪੇਨਸ ਉਹਦੇ ਲਈ ਬਣਾਈਆਂ ਗਈਆਂ ਨੇ ਕੀ ਡਿਜ਼ਾਈਨ ਉਹ ਕੀਤੀਆਂ ਗਈਆਂ ਨੇ ਕਿਦਾਂ ਲੋਕਾਂ ਤੱਕ ਉਹ ਜਾਗਰੂਕਤਾ ਅਭਿਆਨ ਹੈ ਜਿਹੜਾ ਪਹੁੰਚੇਗਾ ਹੁਣ 1 ਜੁਲਾਈ ਤੋਂ ਸ਼ੁਰੂ ਹੋ ਗਿਆ 31 ਅਗਸਤ ਤੱਕ ਜਾਏਗਾ ਕੀ ਕੀ ਕੈਂਪੇਨਸ ਜਿਹੜੀਆਂ ਦੇ ਵਿੱਚ ਡਿਜ਼ਾਈਨ ਕੀਤੀਆਂ ਗਈਆਂ ਨੇ ਅ ਜੀ ਜਿਹੜਾ ਇਹ ਪ੍ਰੋਗਰਾਮ ਸਰਕਾਰ ਨੇ ਸ਼ੁਰੂ ਕੀਤਾ ਜੀ ਕਿ 2 ਮਹੀਨੇ ਦੀ ਕੈਂਪੇਨ ਸਟਾਪ ਡਾਇਰੀਆ 2024 ਜੀ ਇਹ ਕਲਾ ਹੈਲਥ ਡਿਪਾਰਟਮੈਂਟ ਨੇ ਬਾਕੀ ਵੀ 6-7 ਡਿਪਾਰਟਮੈਂਟ ਨਾਲ ਇਨਵੋਲ ਕੀਤੇ ਹੋਏ ਆ ਜੀ ਔਰ ਇਹਦਾ ਪਹਿਲਾ ਫੇਜ਼ ਹੈਗਾ 14 ਜੂਨ ਤੋਂ ਲੈ ਕੇ 30 ਜੂਨ ਤੱਕ ਪ੍ਰੀਪਰੇਟਰੀ ਫੇਜ਼ ਠੀਕ ਹੈ ਜੀ ਤਾਂ ਕਿ ਜੋ ਜੋ ਅਸੀਂ ਸਹੂਲਤਾਂ ਲੋਕਾਂ ਨੂੰ ਦੇਣੀਆਂ ਜਿਸ ਤਰ੍ਹਾਂ ਕਿ ਜੀਵਨ ਰક્ષਕ ਕੋਲ ਹੈ ਜ਼ਿੰਕ ਟੈਬਲੇਟ ਹੈ ਜਾਂ ਹੋਰ ਕਈ ਤਿਆਰੀਆਂ ਕਰਨੀਆਂ ਉਹ ਤਿਆਰੀਆਂ ਕਰ ਲਈ ਜਾਣ ਉਹ ਤਿਆਰੀਆਂ ਚ ਕੀ ਹੈ ਕਿ ਹਰ ਇੱਕ ਆਂਗਣਵਾੜੀ ਚ ਪੀਣ ਵਾਲਾ ਸਾਫ਼ ਪਾਣੀ ਮਿਲਣਾ ਚਾਹੀਦਾ ਉਥੇ ਟਾਇਲਟ ਦਾ ਪ੍ਰਬੰਧ ਹੋਵੇ ਤੇ ਜਿਹੜੇ ਮਿਊਸਪਲ ਕਮੇਟੀਆਂ ਆ ਉਹ ਆਪਣਾ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਜੀ ਉਹ ਅਲੱਗ-ਅਲੱਗ ਥਾਵਾਂ ਦੇ ਜਿੱਥੇ ਕੂੜਾ ਕਰਕਟ ਦੇ ਢੇਰ ਨੇ ਉਹਨਾਂ ਨੂੰ ਚੁੱਕਣ ਦਾ ਪ੍ਰਬੰਧ ਕਰੇ ਜੀ ਤਾਂ ਕਿ ਉਥੇ ਮੱਖੀਆਂ ਪੈਦਾ ਨਾ ਹੋਣ ਹੋਰ ਜਾ ਕੇ ਜਿੰਨੇ ਵਾਟਰ ਦੀ ਸੈਂਪਲਿੰਗ ਕੀਤੀ ਜਾਵੇ ਇਹ ਸਾਰੇ ਕਾਰਜਕ੍ਰਮ ਜਿਹੜੇ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਪ੍ਰੋਗਰਾਮ ਐਜੂਕੇਸ਼ਨ ਡਿਪਾਰਟਮੈਂਟ ਜੀ ਉਹ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਇਹ ਡਿਪਾਰਟਮੈਂਟ ਨੇ ਰੂਰਲ ਡਿਵੈਲਪਮੈਂਟ ਇਹ ਸਭ ਆਪਣੇ ਆਪਣੀ ਜਗ੍ਹਾ ਇਹਨਾਂ ਲੋਕਾਂ ਨੂੰ ਅਵੇਅਰ ਕਰਨ ਕਿ ਖਾਸ ਤਰੀਕੇ ਦੀ ਕੋਈ ਟ੍ਰੇਨਿੰਗ ਵੀ ਇੱਥੇ ਇਨਵੋਲਵ ਹੈ ਜਿੱਦਾਂ ਤੁਸੀਂ ਗੱਲ ਕੀਤੀ ਤਾਂ ਬਹੁਤ ਸਾਰੇ ਵਿਭਾਗ ਫਰੇ ਦੇ ਵਿੱਚ ਇਨਵੋਲਵ ਹੋ ਜਾਣਗੇ ਜੀ ਇਹਦੇ ਚ ਜਿਹੜੇ ਆਂਗਣਵਾੜੀ ਵਰਕਰ ਹੈ ਆਸ਼ਾ ਵਰਕਰਸ ਨੇ ਪਿੰਡ-ਪਿੰਡ ਜਾਂਦੇ ਘਰ-ਘਰ ਜਾਂਦੇ ਨੇ ਸਾਡੇ ਹੈਲਥ ਵਰਕਰਸ ਨੇ ਉਹ ਵੀ ਜਾਂਦੇ ਨੇ ਤੇ ਪੇਮਸ ਤੋਂ ਪੇਮਸ ਹਸਪੀਟਲ ਤੋਂ ਸਾਡੀਆਂ ਏਐਨਐਮਸ ਜੀ ਉਹ ਘਰ-ਘਰ ਜਾ ਕੇ ਇਹੀ ਮੈਸੇਜ ਦਿੰਦੀਆਂ ਨੇ ਤੋ ਉਹਨਾਂ ਸਾਰਿਆਂ ਨੂੰ ਪਹਿਲਾਂ ਸੈਨਸਟਾਈਜ਼ ਯਾਨੀ ਕਿ ਟ੍ਰੇਨਿੰਗ ਦਿੱਤੀ ਜਾਊਗੀ ਇਸ ਪ੍ਰੋਗਰਾਮ ਬਾਰੇ ਜੀ ਤੇ ਉਹ ਉਹ ਸਾਰੀ ਐਕਟੀਵਿਟੀ ਹਰ ਇੱਕ ਲੈਵਲ ਤੇ ਟੀਚਰਸ ਨੂੰ ਜਿਹੜੇ ਡਰਿੰਕਿੰਗ ਵਾਟਰ ਸੈਨੀਟੇਸ਼ਨ ਵਾਲਿਆਂ ਨੂੰ ਅਰਬਨ ਡਿਵੈਲਪਮੈਂਟ ਵਾਲਿਆਂ ਨੂੰ ਜਿਹੜਾ ਨੇ ਕੰਮ ਕਰਨੇ ਆ ਉਹਨਾਂ ਨੂੰ ਜੋ ਜੋ ਉਹਨਾਂ ਦੇ ਕੰਮ ਹੈ ਉਹਨਾਂ ਬਾਰੇ ਟ੍ਰੇਨਿੰਗ ਦੇਣੀ ਇਜ਼ ਅ ਪਾਰਟ ਜੀ ਡਾਕਟਰ ਜਿੰਨੇ ਵਿਭਾਗਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਆਪਣਾ ਕੰਮ ਵੀ ਕਰਦੇ ਨੇ ਜਿੱਦਾਂ ਕਿ ਤੁਹਾਡੇ ਹਸਪੀਟਲ ਦੀ ਆਪਾਂ ਗੱਲ ਕਰੀਏ ਦੇ ਐਨਐਮਸ ਜਾਂਦੀਆਂ ਨੇ ਬਿਲਕੁਲ ਲੋਕਾਂ ਤੋਂ ਕਿਦਾਂ ਦਾ ਹੰਗਾਰਾ ਮਿਲਦਾ ਤੁਹਾਨੂੰ ਕਿੰਨਾ ਕੁ ਸਮਝ ਪਾਉਂਦੇ ਨੇ ਇਹਨਾਂ ਚੀਜ਼ਾਂ ਨੂੰ ਕਿ ਜੋ ਦੱਸਿਆ ਜਾ ਰਿਹਾ ਜੋ ਕੈਂਪੇਨਸ ਆਈਆਂ ਨੇ ਜਿਹਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਕਿਉਂਕਿ ਇਹ ਤਾਂ ਲੋਕhetra ਲਈ ਆ ਲੋਕਾਂ ਦੇ ਲਈ ਆ ਕਿਦਾਂ ਦਾ ਤੁਹਾਨੂੰ ਉੱਥੇ ਰਿਸਪੌਂਸ ਜਿਹੜਾ ਮਿਲਦਾ ਕੋਈ ਖਾਸ ਕੇਸ ਜਿਹੜਾ ਸਾਹਮਣੇ ਆਉਂਦਾ ਹੋਵੇ ਲੋਕਾਂ ਦਾ ਬੜਾ ਅੱਛਾ ਰਿਸਪੌਂਸ ਮਿਲਦਾ ਹੈ ਜਿਵੇਂ ਪਿਛਲੇ ਸਾਲ ਜਦੋਂ ਇਹ ਡਾਇਰੀਆ ਵੀਕ ਸੀਗਾ ਅਸੀਂ ਆਪਣੇ ਹਸਪੀਟਲ ਦੇ ਪੀਡੀਆਟ੍ਰਿਕ ਸਪੈਸ਼ਲਿਸਟ ਦੇ ਡਿਪਾਰਟਮੈਂਟ ਦੇ ਵਿੱਚ ਵੀ ਇੱਕ ਐਦਾਂ ਦਾ ਹੀ ਇੱਕ ਪ੍ਰੋਗਰਾਮ ਕੀਤਾ ਸੀ ਤਾਂ ਅਸੀਂ ਸਾਰੇ ਨੂੰ ਫ੍ਰੀ ਦੇ ਵਿੱਚ ORS ਦੇ ਪੈਕੇਟ ਜਿਹੜਾ ਜੀਵਨ ਰੱਖਸ਼ਾ ਗੋਲ ਸਨ ਇਹ ਦੱਸਿਆ ਉਹ ਵੀ ਵਨ ਡੇ ਸੀਗੇ ਤਾਂ ਉਹਨਾਂ ਨੂੰ ਬੜਾ ਚੰਗਾ ਲੱਗਿਆ ਪੇਸ਼ੈਂਟਸ ਨੂੰ ਕਿ ਹੁਣ ਅਸੀਂ ਘਰੇ ਸਾਨੂੰ ਇਹ ਪ੍ਰੋਬਲਮ ਨਹੀਂ ਹੈਗੀ ਕਿ ਹੁਣੇ ਡਾਇਰੀਆ ਹੋ ਗਿਆ ਹੁਣੇ ਡਾਕਟਰ ਕੋਲ ਭੱਜੀਏ ORS ਦਾ ਪੈਕੇਟ ਘਰੇ ਹੈਗਾ ਮਦਰ ਡਿਸਾਲਵ ਕਰਕੇ ਉਹਨੂੰ ਖੋਲ ਕੇ ਬੱਚੇ ਨੂੰ ਪਿਲਾ ਸਕਦੇ ਹਾਂ ਇੱਥੇ ਮੈਂ ਗਹੂਰ ਕੁਸ਼ਲ ਨੂੰ ਹੋ ਗਿਆ ਤੇ ਪਹਿਲਾ ਸਟੈਪ ਕੀ ਹੈ ਉਹਦਾ ਅਗਰ ਘਰ ਦੇ ਵਿੱਚ ਯੂਨੀ ਟ੍ਰੀਟਮੈਂਟ ਕਰਨਾ ਹੈ ਹਸਪੀਟਲ ਦੀ ਅਪਰੋਚ ਤੋਂ ਦੂਰ ਹੈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਬੱਚੇ ਦੇ ਪਾਣੀ ਦੀ ਕਮੀ ਨਾ ਹੋਵੇ ਇਸ ਕਰਕੇ ਜ਼ਰੂਰੀ ਹੈ ਕਿ ਉਹਨੂੰ ORS ਦਿੱਤਾ ਜਾਵੇ ਜਿਵੇਂ ਕਿ ਹੁਣ ਇਹ ਮੁਹਿੰਮ ਗਵਰਨਮੈਂਟ ਨੇ ਚਲਾਈ ਹੈ ਤਾਂ ਸਰਕਾਰ ਦੇ ਵੱਲੋਂ ਕੋਈ ਨਾ ਕੋਈ ਆ ਕੇ ਤੁਹਾਡੇ ਘਰੇ ਵੀ ਦੇ ਕੇ ਜਾਏਗਾ ORS ਦਾ ਪੈਕੇਟ ਜੇ ਨਹੀਂ ਹੈਗਾ ਤੁਸੀਂ ਘਰ ਬਣਾ ਸਕਦੇ ਹੋ ਜਿਵੇਂ ਇੱਕ ਗਲਾਸ ਪਾਣੀ ਹੋਇਆ ਉਹਨੂੰ ਉਬਾਲਿਆ ਠੰਡਾ ਕੀਤਾ ਉਹਦੇ ਵਿੱਚ ਇੱਕ ਚਮਚੀ চিনি ਤੇ ਇੱਕ ਚੁਟਕੀ ਨਮਕ ਪਾਓ

ਜਦੋਂ ਅਸੀਂ ਗੱਲ ਕਰਦੇ ਕਿ ਕੁਝ ਮੋਢਰੇ ਲੱਛਣਾਂ ਦੇ ਹਾਲਾਂਕਿ ਅਸੀਂ ਡੈਰੀ ਨੂੰ ਸਾਰੇ ਪੜੇ ਲਿਖਿਆ ਵਰਗ ਹੈ ਸਾਰੇ ਇਹਨੂੰ ਅਸੀਂ ਅੰਡਰਸਟੈਂਡ ਕਰਦੇ ਆਂ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਸਮੇਂ-ਸਮੇਂ ਸਰ ਜਿਤਨਾ ਅਵੇਅਰਨੈਸ ਵੀ ਆਈ ਸਾਇੰਸ ਵੀ ਅੱਗੇ ਆ ਗਈ ਉਹਦੇ ਬਾਵਜੂਦ ਕਿੱਥੇ ਤੁਹਾਨੂੰ ਲੱਗਦਾ ਕਿ ਹਾਲਾਂਕਿ ਜੇ ਤੁਸੀਂ ਟ੍ਰੀਟਮੈਂਟ ਦੀ ਜਿੰਨੀ ਵੀ ਸਾਡੀ ਗੱਲਬਾਤ ਹੋਈ ਹੈ ਕੋਈ ਮਹਿੰਗਾ ਟ੍ਰੀਟਮੈਂਟ ਨਹੀਂ ਹੈ ਜਾਂ ਕੋਈ ਔਖਾ ਟ੍ਰੀਟਮੈਂਟ ਨਹੀਂ ਹੈ ਕਿਉਂ ਨਹੀਂ ਆਪਾਂ ਇਹਨਾਂ ਕੇਸਿਸ ਨੂੰ ਜ਼ੀਰੋ ਕਰ ਪਾ ਰਹੇ ਜਾਂ ਘੱਟ ਕਰ ਪਾ ਰਹੇ ਕੀ ਰੀਜ਼ਨ ਹੈ ਉਹ ਦੇਖੋ ਇੱਕ ਕੋਚ ਜਿਹੜੇ ਸਟੈਟਸ ਉਹ ਇਹ ਦੱਸਦੇ ਆ ਵੀ ਜਿਹੜੇ ਡਾਇਰੀਆ ਦੇ ਕੇਸ ਦੱਸਦੇ ਕੇਸ ਆ ਉਹ ਰੂਲਰੀਅ ਜਿਆਦਾ ਹੁੰਦੇ ਆ ਸਲਮਰੀਅ ਜਿਆਦਾ ਜੀ ਔਰ ਜਿਹੜੇ ਲੋਗ ਅਨਪੜ੍ਹੇ ਉਹਨਾਂ ਜ਼ਿਆਦਾ ਗਰੀਬ ਲੋਕਾਂ ਚ ਜ਼ਿਆਦਾ ਔਰ ਇਹਨਾਂ ਹੀ ਲੋਕਾਂ ਨੂੰ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਇੱਕ ਤਾਂ ਉਹ ਆਪਣੇ ਕੰਮ ਦੇ ਵਿੱਚ ਆਪਣੇ ਦਿਹਾੜੀ ਚ ਜਾਂ ਜੋ ਵੀ ਖੇਤਾਂ ਚ ਕੰਮ ਹੈ ਉਹਨਾਂ ਨੂੰ ਇੰਨਾ ਟਾਈਮ ਨਹੀਂ ਕਿ ਉਹ ਆਗੇ ਗੱਲ ਸੁਣ ਚਕਰ ਜਦੋਂ ਸਾਡੇ ਵਰਕਰ ਘਰ ਘਰ ਜਾਂਦੇ ਆ ਤਾਂ ਉਹ ਜ਼ਿਆਦਾਤਰ ਜਿਹਦਾ ਡਿਊਟੀ ਵਿਚ ਆ ਤੇ ਉਹ ਜਾਣਗੇ ਉਹ ਘਰ ਨਹੀਂ ਉਹਨਾਂ ਟੀਮਾਂ ਨੂੰ ਕੋਈ ਪਾਰਟਿਕੂਲਰ ਏਰੀਆ ਵੀ ਇਲਾਕਾ ਵੀ ਮਿਲਿਆ ਹੁੰਦਾ ਜਿੱਦਾਂ ਜਿਲ੍ਹਾ ਬਲਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਹਾਂ ਹਰ ਇੱਕ ਹੈਲਥ ਵਰਕਰ ਨੂੰ 5000 ਦੀ ਇੱਕ ਪੋਪੂਲੇਸ਼ਨ ਆ ਜਿਹੜੀ ਕਿ ਸਬਸੈਂਟਰ ਲੈਵਲ ਤੇ ਕੰਮ ਕਰਦੇ ਆ ਤੇ ਕਿੰਨੀ ਵਾਰੀ ਉਹਨਾਂ ਨੇ ਉੱਥੇ ਜਾਣਾ ਹੁੰਦਾ ਕੁਝ ਉੱਥੇ ਜਿਹੜੀ ਲੇਡੀ ਵਰਕਰ ਆ 2 ਮਹੀਨੇ ਚ ਇੱਕ ਵਾਰੀ ਹਰ ਘਰ ਨੂੰ ਵਿਜ਼ਿਟ ਕਰਨਾ ਔਰ ਜਿਹੜਾ ਮੇਲ ਵਰਕਰ ਆ 15 ਦਿਨਾਂ ਚ ਇੱਕ ਵਾਰੀ ਪਰ ਇਹਦੇ ਨਾਲ ਨਾਲ ਆਂਗਣਵਾੜੀ ਵਰਕਰਸ ਦਾ ਉਹਨਾਂ ਦੇ ਬਿਲਕੁਲ ਕੰਟੈਕਟ ਤੇ ਨੇ ਜੀ ਔਰ ਸਾਡੇ ਆਸ਼ਾ ਵਰਕਰ ਜਿਹੜੇ ਕਿ ਹਰ ਇੱਕ ਪਿੰਡ 'ਚ ਇੱਕ ਆਸ਼ਾ ਵਰਕਰ ਹੈ ਉਹ ਏਸੀ ਕਰਕੇ ਚੁਣੀਆਂ ਗਈਆਂ ਕਿਉਂਕਿ ਉਹ ਪਿੰਡ 'ਚੋਂ ਉਹਨਾਂ ਲੋਕਾਂ ਦੇ ਵਿੱਚੋਂ ਸਿਲੈਕਟ ਕੀਤੀਆਂ ਜੀ ਜਿਹੜਾ ਕਿ ਤਾਲਮੇਲ ਹਰ ਵੇਲੇ 24 ਘੰਟੇ ਉਹਨਾਂ ਦੇ ਨਾਲ ਹੂੰ ਉਹਨਾਂ ਨੂੰ ਵੀ ਇਸ ਟ੍ਰੇਨਿੰਗ ਬਾਰੇ ਦੱਸਿਆ ਗਿਆ ਤੇ ਉਹਨਾਂ ਕੋਲ ORS ਦੇ ਪੈਕੇਟ ਵੀ ਨਾਲ ਮੈਂ ਇੱਕ ਐਡ ਕਰਨਾ ਚਾਹਨਾ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ORS ਦੇ ਪੈਕੇਟ ਅਸੀਂ ਜਿਹੜੀ ਮੈਂ ਮੋਹਿਮ ਸੀ ਪਹਿਲੀ ਜੀ ਕਿ ਫੋਰਟ ਨਾਈਟ ਇਸ ਹਰ ਇੱਕ ਘਰ ਚ ਇੱਕ ਇੱਕ ORS ਦਾ ਪੈਕੇਟ ਤੇ ਜ਼ਿੰਕ ਦੀਆਂ ਗੋਲੀਆਂ ਦਿੰਦੇ ਆ ਜੀ ਪਰ ਹੁਣ ਇਹ ਜਿਹੜੀ 2 ਮਹੀਨੇ ਦੀ ਕੈਂਪੇਨ ਚੱਲ ਰਹੀ ਸਟਾਪ ਡਾਇਰੀਆ ਹਮ ਇਹਦੇ ਚ ਇੱਕ ਪੈਕੇਟ ਹੈ ਜਿਹਦੇ ਚ ਦੋ ORS ਦੇ ਪੈਕੇਟ ਜੀਵਨ ਰક્ષਕ ਹੋਲ ਨਾਲ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਮ ਤਾਂ ਕਿ ਉਹ ਇਹ ਜਿਹੜੀ ਐਕਟੀਵਿਟੀ ਹੈ ਕਿ ਅਗਰ ਕਿਸੇ ਬੱਚੇ ਨੂੰ 5 ਸਾਲ ਤੋਂ ਘੱਟ ਬੱਚੇ ਨੂੰ ਜਿਸਕਰ 3-5 ਸਾਲ ਤੋਂ ਘੱਟ ਬੱਚਾ ਹੋਵੇਗਾ ਉਹਨੂੰ ਇਹ ਪੈਕੇਟ ਦਿੱਤਾ ਜਾਊਗਾ ਜੀ ਤੇ ORS ਦੇ ਨਾਲ ਨਾਲ ਆ ਜ਼ਿੰਕ ਦੀਆਂ ਗੋਲੀਆਂ ਦੇਣੀਆਂ ਵੀ ਜ਼ਰੂਰੀ ਹੈ ਉਹ ਡਾਕਟਰ ਸਾਹਿਬ ਜੀ ਬਿਲਕੁਲ ਜੀ ਕਿਦਾਂ ਦੇਣੀਆਂ ਨੇ ਇਹ ਰਿਸਰਚ ਦੇ ਵਿੱਚ ਪਾਇਆ ਗਿਆ ਹੈ ਕਿ ਜਦੋਂ ਬੱਚੇ ਨੂੰ ਡਾਇਰੀਆ ਹੁੰਦਾ ਹੈ ਉਹਦੇ ਦਸਤਾਂ ਰਾਹੀ ਜ਼ਿੰਕ ਦੀ ਨਿਕਲਦਾ ਰਹਿੰਦਾ ਹੈ ਜੀ ਜ਼ਿੰਕ ਦੀ ਘਾਟ ਹੋ ਜਾਂਦੀ ਜੀ ਇਸ ਕਰਕੇ ਜਿਸ ਸੀ ਜ਼ਿੰਕ ਦਿੰਨੇ ਆ ਬੱਚੇ ਨੂੰ ਡਾਇਰੀਆ ਵਾਲੇ ਬੱਚੇ ਨੂੰ ਉਹ ਇੱਕ ਤਾਂ ਉਹਦਾ ਡਾਇਰੀਆ ਘੱਟ ਹੋ ਜਾਂਦਾ ਜੇ ਜੇ ਉਹਨੇ 5 ਦਿਨ ਰਹਿਣਾ ਹੋ ਸਕਦਾ ਉਹ 2 ਦਿਨ ਚ ਹੀ ਠੀਕ ਹੋ ਜਾਵੇ ਦੂਜੀ ਗੱਲ ਉਹਦੇ ਨਾਲ ਇਮਿਊਨਿਟੀ ਵੱਧਦੀ ਹੈ ਤੇ ਅਗਲੀ ਵਾਰ ਡਾਇਰੀਆ ਹੋਣ ਦਾ ਚਾਂਸ ਵੀ ਘੱਟ ਜਾਂਦਾ ਹੈ ਤਾਂ ਸਕੇ ਦੋ ਫਾਇਦੇ ਹੁੰਦੇ ਨੇ ਜੀ ਤੋ ਜਿਸ ਵੀ ਬੱਚੇ ਨੂੰ ਡਾਇਰੀਆ ਹੁੰਦਾ ਹੈ ਉਹਨੂੰ 14 ਦਿਨ ਵਾਸਤੇ ਜ਼ਿੰਕ ਦੀ ਗੋਲੀ ਜਾਂ ਜ਼ਿੰਕ ਦੀ ਸਰਪ ਦਿੱਤੀ ਜਾਂਦੀ ਹੈ ਤੇ ਸਰਕਾਰ ਦੀ ਮੁਹਿੰਮ ਦੇ ਅੰਦਰ ਸਾਰਿਆਂ ਨੂੰ ਜ਼ਿੰਕ ਦੀ ਗੋਲੀ ਘਰ-ਘਰ ਮਿਲ ਜਾਂਦੀ ਹੈ ਤੇ ਡੋਸ ਹਰ ਬੱਚੇ ਵਾਸਤੇ ਸੇਮ ਹੈ ਇਸ ਕਰਕੇ ਇੱਕ ਵਾਰੀ ਦੱਸਤਾ ਜੀ ਇੱਕ ਗੋਲੀ ਖਾਣੀ ਹੈ ਦਿਨ ਦੇ ਇੱਕ ਵਾਰ ਵਿੱਚ ਇੱਕ ਵਾਰੀ ਤਾਂ ਉਹਨੂੰ ਇਸ ਵਾਸਤੇ ਡਾਕਟਰ ਦੇ ਕੋਲ ਪੁੱਛਣ ਦੀ ਵੀ ਲੋੜ ਨਹੀਂ ਹੈਗੀ ਉਹਨਾਂ ਨੂੰ ਪਤਾ ਹੈ ਕਿ ਅੱਛਾ ਬੱਚੇ ਨੂੰ ਡਾਇਰੀਆ ਹੋ ਗਿਆ ORS ਪਿਲਾਨਾ ਹੈ ਜ਼ਿੰਕ ਦੀ ਗੋਲੀ ਖਿਲਾਨੀ ਹੈ ਤੇ ਜੇ ਕੁਝ ਉਸ ਤੋਂ ਵੱਧ ਪ੍ਰੋਬਲਮ ਵੱਧਦੀ ਹੈ ਤਾਂ ਉਹਨਾਂ ਨੇ ਦੱਸਿਆ ਜਾਂਦਾ ਕਿ ਕਿਸ ਵੇਲੇ ਤੁਸੀਂ ਡਾਕਟਰ ਦੇ ਕੋਲ ਇਕਦਮ ਉਸੇ ਟਾਈਮ ਤੁਰੰਤ ਜਾਣਾ ਹੈ اچھا ਇੱਕ ਚੀਜ਼ ਹੋਰ ਰਕਸਮ ਵੀ ਆਪਾਂ ਕਹਿੰਨੇ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਕਿਉਂਕਿ ਦਿੱਕਤ ਜ਼ਿਆਦਾ ਦੇਖਣ ਨੂੰ ਮਿਲੀ ਆ ਆਪਾਂ ਨੂੰ ਹਨਾ ਆ ਵੈਕਸੀਨੇਸ਼ਨ ਦੀ ਤੁਸੀਂ ਇੱਕ ਵਿੱਚ ਗੱਲ ਕੀਤੀ ਕਿ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਾ ਉਦੋਂ ਹੀ ਛੋਟੇ ਬੱਚਿਆਂ ਨੂੰ ਪ੍ਰੀਕੌਸ਼ਨਰੀ ਜਿਹੜੀ ਵੈਕਸੀਨੇਸ਼ਨ ਉਹ ਅਡਵਾਂਸ ਜੀ ਲਗਾ ਦਿੱਤੀ ਜਾਵੇ ਇਹ ਵੀ ਕੋਈ ਪ੍ਰੋਵੀਜ਼ਨ ਹੈ ਜਿਹੜੀ ਇਹ ਵੈਕਸੀਨ ਹੈ ਰੋਟਾ ਵਾਇਰਸ ਵੈਕਸੀਨ ਇਹ ਸਿਰਫ 1 ਸਾਲ ਤੋਂ ਛੋਟੇ ਹੋਣ ਬੱਚਿਆਂ ਨੂੰ ਹੀ ਲਗਾ ਸਕਦੀ ਹੈ ਜੀ ਤੇ ਅਗਰ ਉਸ ਪੰਜ ਸਾਲ ਤੱਕ ਦੇ ਬੱਚੇ ਦੀ ਲਪੇਟ ਚ ਆਉਂਦੇ ਫਿਰ ਉਹਦੀ ਵੈਕਸੀਨੇਸ਼ਨ ਹੈ ਕੋਈ ਰੋਟਾ ਵਾਇਰਸ ਡਾਰੀਆ ਜਿਹੜਾ ਹੈਗਾ ਮੇਨਲੀ 1 ਸਾਲ ਤੋਂ ਛੋਟੇ ਬੱਚਿਆਂ 'ਚ ਹੀ ਪਾਇਆ ਜਾਂਦਾ ਹੈ ਬਾਕੀ ਜਿਹੜੀ ਡਾਰੀਆਂ ਹੁੰਦੇ ਨੇ ਉਹ ਉਹ ਦੂਜੇ ਵਾਇਰਸਿਸ ਕਰਕੇ ਹੁੰਦੇ ਨੇ ਉਹਦੇ ਵਿੱਚ ਇਹ ਵੈਕਸੀਨ ਕੰਮ ਨਹੀਂ ਕਰੇਗੀ ਜੀ ਤੇ ਬਾਕੀ ਜਿਹੜੀ ਡਾਇਰੀਆਂ ਨੇ ਉਹਨਾਂ ਤੋਂ ਬਚਣ ਵਾਸਤੇ ਹਜੇ ਕੋਈ ਵੈਕਸੀਨ ਨਹੀਂ ਹੈ ਰੋਟਾ ਵਾਇਰਸ ਡਾਇਰੀਆ ਵਾਸਤੇ ਵੈਕਸੀਨ ਇਸੇ ਕਰਕੇ ਬਣਾਈ ਗਈ ਸੀ ਕਿਉਂਕਿ ਉਹ ਸਾਫ ਸਫਾਈ ਰੱਖਣ ਤੋਂ ਬਾਅਦ ਵੀ ਹੋ ਜਾਂਦਾ ਹੈ ਤੇ ਇਸ ਕਰਕੇ ਬਾਕੀ ਸਾਰੇ ਡਾਇਰੀਆ ਤੋਂ ਬਚਣ ਵਾਸਤੇ ਅਸੀਂ ਸਫਾਈ ਦਾ ਧਿਆਨ ਰੱਖ ਸਕਦੇ ਹਾਂ ਪਾਣੀ ਉਬਾਲ ਕੇ ਜਾਂ ਫਿਲਟਰ ਕਰਕੇ ਪੀ ਸਕਦੇ ਹਾਂ ਤੇ ਨਾਲ ਬਾਹਰ ਦਾ ਖਾਣਾ ਅਵੋਇਡ ਕਰ ਸਕਦੇ ਹਾਂ ਬਾਰਿਸ਼ਾ ਦੇ ਮੌਸਮ ਵਿੱਚ ਤਾਂ ਕਿ ਘਰ ਦਾ ਬਣਿਆ ਤਾਜ਼ਾ ਖਾਣਾ ਖਾਇਆ ਜਾਵੇ ਤਾਂ ਕਿ ਇਹ ਪ੍ਰੋਬਲਮ ਨਾ ਜੀ ਜੀ ਡਾਕਟਰ ਸਾਹਿਬ ਮੈਂ ਇੱਕ ਚੀਜ਼ ਕਰਨੀ ਚਾਹਨਾ ਹੈ ਕਿ ਜਿੱਦਾਂ ਮੈਂ ਦੱਸਿਆ ਕਿ ਇੱਕ ਪੈਕੇਟ ਹੈ ਦੋ ਜੀਵਨ ਰક્ષਕ ਕੋਲ ਦਿੱਤੇ ਜੇ ਉਹ ਵੀ ਖਤਮ ਹੋ ਜਾਣ ਤੇ ਅਸੀਂ ਜੜੀਆਂ ਪਿੰਡਾਂ ਦੀਆਂ ਮਾਵਾਂ ਨੇ ਜੀ ਉਹਨਾਂ ਨੂੰ ਇਸ ਬਾਰੇ ਜਾਣੂ ਕਰਾਣੇ ਆ ਕਿ ਉਹ ਇਹ ਜਿਹੜਾ ਕੋਲ ਹੈ ਘਰ ਵੀ ਬਣਾਇਆ ਜਾ ਸਕਦਾ ਉਹਦੇ ਵਾਸਤੇ ਸਾਫ਼ ਪਾਣੀ ਫਿਲਟਰਡ ਪਾਣੀ ਜੀ 1 ਲੀਟਰ ਲੈਣਾ ਹੁਣ 1 ਲੀਟਰ ਆਮ ਲੁਕ ਆਨ ਸਮਝ ਨਹੀਂ ਆਂਦਾ ਤਾਂ ਇੱਕ ਸ਼ੀਸ਼ੇ ਦਾ ਗਲਾਸ ਹੈ ਜਿਹੜਾ ਆਮ ਕਰਕੇ 200 ਐਮਐਲ ਦਾ ਹੁੰਦਾ ਤੇ ਉਹ ਪੰਜ ਗਲਾਸ ਤੁਸੀਂ ਇੱਕ ਸਾਫ਼ ਬਰਤਨ ਵਿੱਚ ਪਾ ਲੋ ਔਰ ਉਹਦੇ ਵਿੱਚ ਫਿਰ 6 ਚਮਚਾ ਚੀਨੀ ਦੇ ਜੀ ਔਰ ਇੱਕ ਚਮ ਇੱਕ ਆਪਣਾ ਟੀस्पून چھوٹਾ ਚਮਚ ਉਹਨੂੰ ਲੈਵਲ ਕਰਕੇ ਉਹਨੂੰ ਉਹਦੇ ਚ ਮਿਕਸ ਕਰ ਲੋ ਇਹ ਕੋਲ ਮਿਕਸ ਕਰਕੇ ਇਹ ਕੋਲ ਦੇਣਾ ਨਮਕ ਨਹੀਂ ਪਾਉਣਾ ਉਹਦੇ ਵਿੱਚ ਨਮਕ ਇੱਕ ਚਮਚ ਨਮਕ ਚਮਚਾ ਚੀਨੀ ਦੇ ਚੀਨੀ ਦੇ ਜੀ ਤੇ ਇਹ ਘਰ ਵੀ ਬਣਾਇਆ ਜਾ ਸਕਦਾ ਔਰ ਬੱਚੇ ਦੀ ਇਹ ਜੀਵਨਦਾਨ ਦੇਣ ਵਾਲੀ ਚੀਜ਼ ਹੈ ਇਹਦੇ ਨਾਲ ਨਾਲ ਜਿਹੜਾ ਦੇਖੋ ਔਰ ਬਾਕੀ ਦਾ ਜੀ ਉਹਨੂੰ ਪਹਿਚਾਨਣਾ ਕਿੱਦਾਂ ਕਿਉਂਕਿ ਸਭ ਤੋਂ ਡਾਇਰੀਆ ਆਪਣੇ ਆਪ ਚ ਕੁਝ ਨਹੀਂ ਹੈ ਉਹਦੇ ਕਰਕੇ ਜਿਹੜੀ ਡੀਹਾਈਡਰੇਸ਼ਨ ਜਿਹੜੀ ਇਨਸਾਨ ਦੀ ਜਿਹੜੇ ਬੱਚਿਆਂ ਦੀ ਬਾਡੀ ਹੈ ਜਾਂ ਸਾਡੀ ਉਹ ਚ 70% ਲਗਭਗ ਪਾਣੀ ਹੈ ਜਿਹੜਾ ਕਿ ਸਾਰੇ ਜਿੰਨੇ ਕੈਮੀਕਲ ਰਿਐਕਸ਼ਨ ਹੋ ਰਹੇ ਆ ਸਾਡੇ ਹਰ ਇੱਕ ਸੈੱਲ ਨੂੰ ਖੁਰਾਕ ਪਹੁੰਚਾਣਾ ਜਾਂ ਕੋਈ ਜੋ ਵੀ ਐਕਸ਼ਨ ਹੋ ਰਿਹਾ ਜੀ ਅਗਰ ਉਹ ਪਾਣੀ ਦੀ ਕਮੀ ਆ ਜਾਏਗੀ ਤਾਂ ਉਹਦੇ ਚ ਬੱਚਾ ਜਿਹੜਾ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਇਸ ਕਰਕੇ ਪਾਣੀ ਨੂੰ ਬਣਾਣਾ ਜ਼ਰੂਰੀ ਹੈ ਪਾਣੀ ਦੀ ਮਾਤਰਾ ਨੂੰ ਔਰ ਉਹਨੂੰ ਪਹਿਚਾਨਣਾ ਕਿਦਾਂ ਕਿ ਬੱਚੇ ਦੇ ਵਿੱਚ ਕਮੀ ਆ ਰਹੀ ਹੈ ਕਮੀ ਆ ਰਹੀ ਉਹ ਜੇ ਤਾਂ ਦੇਖੋ ਇਹਨੂੰ ਘਰ ਵੀ ਟ੍ਰੀਟ ਕੀਤਾ ਜਾ ਸਕਦਾ ਜਿੱਦਾਂ ਕਿ ਜੀਵਨ ਰક્ષਕ ਹੋਲਾ ਗੋਲੀ ਹੈ ਤਾਂ ਉਹ ਪਹਿਚਾਨਣਾ ਕਿਦਾਂ ਜੇ ਬੱਚੇ ਦੀ ਪਿਆਸ ਲੱਗ ਰਹੀ ਹੈ ਉਹਨੂੰ ਉਹਦੀ ਜੀਭ ਸੁੱਕੀ ਮੂੰਹ ਸੁੱਕਦਾ ਬਾਰ-ਬਾਰ ਜੀ ਬੱਚਾ ਰੈਸਟਲੈਸ ਹੈ ਇਰਿਟੇਬਲ ਹੋ ਗਿਆ ਅਲਰਟ ਹੋਊਗਾ ਪਰ ਉਹਦਾ ਪਿਸ਼ਾਬ ਵੀ ਠੀਕ ਹੋ ਸਕਦਾ ਇਹ ਥੋੜੇ ਜਿੇ ਲੱਛਣ ਹੈ ਜੇ ਉਹ ਹੋਰ ਜ਼ਿਆਦਾ ਉਹਨੂੰ ਕਮੀ ਹੁੰਦੀ ਹੈ ਤੇ ਬੱਚਾ ਰੋਂਦਾ बेहोश ਹੋ ਸਕਦਾ ਜਾਂ ਉਹਨੂੰ ਜ਼ਿਆਦਾ ਤ੍ਰੇਲੀਆਂ ਆ ਸਕਦੀਆਂ ਪਾਣੀ ਪਿਸ਼ਾਬ ਘਟਾਂਦਾ ਜਾਂ ਇੱਕ ਪਿੰਚ ਟੈਸਟ ਹੁੰਦਾ ਪਿੰਚ ਕਿਸ ਤਰ੍ਹਾਂ ਕੇ ਅਸੀਂ ਇਸ ਤਰ੍ਹਾਂ 2 ਸੈਕਿੰਡ ਦੀ ਪਿੰਚ ਕਰਨਾ ਇਹ ਜਗ੍ਹਾ ਪਿੰਚ ਕਰ ਲਈ ਜਾਂ ਪੇਟ ਦੇ ਉੱਤੇ ਬੱਚੇ ਦੇ ਜਾਂ ਕਾਲਰ ਬੋਂ ਦੇ ਨੀਚੇ ਪਿੰਚ ਕਰੋਗੇ ਔਰ ਉਹਨੂੰ ਛੱਡ ਦਿਓ ਹਮ ਅਗਰ ਤਾਂ ਉਹ ਘਟ ਹੈਗੀ ਹੈ ਤਾਂ ਨੋਰਮਲ ਹੋ ਜਾਏਗੀ ਇਸਕੇ ਅੰਦਰ ਕੋਈ ਜਿਹੀ ਜੇ ਅਗਰ ਬੱਚਾ ਡੀਹਾਈਡਰੇਟਡ ਹੈ ਤੇ ਇਹ ਵਾਪਸ ਨਹੀਂ ਜਾਏਗੀ ਅੱਛਾ ਇਹ ਸਿੰਪਲ ਟੈਸਟ ਹੈ ਹਮ ਤਾਂ ਉਸ ਬੱਚੇ ਨੂੰ ਜੀਵਨ ਰક્ષਕ ਹੌਲ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਜੀ ਇਹਦਾ ਨੁਕਸਾਨ ਕੋਈ ਨਹੀਂ ਕਿ ਉਹਦੇ ਨਾਲ ਕੋਈ ਬੁਖਾਰ ਵਗੈਰਾ ਵੀ ਬੱਚੇ ਨੂੰ ਹੁੰਦਾ ਡਾਇਰੀ ਇਹਦੇ ਨਾਲ ਡਾਇਰੀ ਵਿੱਚ ਬੁਖਾਰ ਵੀ ਹੋ ਸਕਦਾ ਹੈ ਕਿਉਂਕਿ ਡਾਇਰੀ ਇੱਕ ਇਨਫੈਕਸ਼ਨ ਹੈ ਉਹਦੇ ਨਾਲ ਬੱਚੇ ਨੂੰ ਬੁਖਾਰ ਵੀ ਹੋ ਸਕਦਾ ਹੈ ਨਾਲ ਉਲਟੀਆਂ ਵੀ ਲੱਗ ਸਕਦੀਆਂ ਨੇ ਕਦੇ-ਕਦੇ ਜਦੋਂ ਇਨਫੈਕਸ਼ਨ ਵੱਧ ਜਾਂਦੀ ਹੈ ਤਾਂ ਬੱਚੇ ਨੂੰ ਪਾਟੀ ਦੇ ਵਿੱਚ ਖੂਨ ਵੀ ਆ ਸਕਦਾ ਹੈ ਜੇ ਐਦਾ ਦਾ ਕੋਈ ਲੱਛਣ ਹੋਵੇ ਤਾਂ ਇਮੀਡੀਏਟਲੀ ਡਾਕਟਰ ਦੇ ਕੋਲ ਜਾਣਾ ਜ਼ਰੂਰੀ ਹੈ ਤੇ ਆਪਰ ਟਰੀਟਮੈਂਟ ਜੇਕਰ ਦੀ ਗੱਲ ਕਰੀਏ ਤੁਸੀਂ ਜੋ ਜੀਵਨ ਰક્ષਕ ਘੋਲ ਦੀ ਗੱਲ ਕੀਤੀ ਬਾਕੀ ਹੋਰ ਵੈਕਸੀਨੇਸ਼ਨ ਵੀ ਦੱਸੀ ਇਸ ਤੋਂ ਇਲਾਵਾ ਵੀ ਇਹਦਾ ਕੋਈ ਟਰੀਟਮੈਂਟ ਦਾ ਹਿੱਸਾ ਹੈ ਟਰੀਟਮੈਂਟ ਪਰ ਫਿਰ ਬੱਚੇ ਦੇ ਸਿੰਪਟਮਸ ਤੇ ਡਿਪੈਂਡ ਕਰਦਾ ਜੇ ਬੱਚੇ ਦੇ ਰਚਨ ਇਦਾਂ ਦੇ ਨੇ ਕਿ ਸਿਰਫ ਪਾਟੀਆਂ ਲੱਗੀਆਂ ਹੋਈਆਂ ਨੇ ਬੱਚਾ ਦੁੱਧ ਪੀ ਰਿਹਾ ਹੈ ਖਾ ਰਿਹਾ ਹੈ ਸੋ ਸੁ ਕਰ ਰਿਹਾ ਹੈ ਤਾਂ ਫਿਰ ਤਾਂ ਅਸੀਂ ਸਿਰਫ ORS ਦਵਾਂਗੇ ਜ਼ਿੰਕ ਦਵਾਂਗੇ ਬੱਚਾ ਠੀਕ ਹੋ ਜਾਏਗਾ ਜੀ ਲੇਕਿਨ ਸਾਨੂੰ ਲੱਗਦਾ ਹੈ ਕਿ ਉਹਨੂੰ ਵਾਇਰਸ ਦੀ ਨਹੀਂ ਬੈਕਟੀਰੀਆ ਦੀ ਇਨਫੈਕਸ਼ਨ ਹੈ ਜਿਵੇਂ ਪਾਟੀ ਦੇ ਵਿੱਚ ਖੂਨ ਆ ਰਿਹਾ ਹੈ ਜਾਂ ਮਵਾਦ ਵਰਗੀ ਕੋਈ ਚੀਜ਼ ਆ ਰਹੀ ਹੈ ਪਸ ਆ ਰਹੀ ਹੈ ਤਾਂ ਫਿਰ ਉਹਨੂੰ ਅਸੀਂ ਐਂਟੀਬਾਇਓਟਿਕ ਵੀ ਸ਼ੁਰੂ ਕਰਦੇ ਹਾਂ ਜੀ ਕਦੇ ਕੀ ਹੁੰਦਾ ਹੈ ਕਿ ਜਦੋਂ ਡਾਕਟਰ ਸਾਹਿਬ ਨੇ ਕਿਹਾ ਕਿ ਬੱਚੇ ਨੂੰ ਡੀਹਾਈਡਰੇਸ਼ਨ ਹੋ ਗਈ ਤਾਂ ਹਰ ਤਰ੍ਹਾਂ ਖਾਲੀ اوਰਐਸ ਨਾ ਨਹੀਂ ਕਰ ਪਾਉਂਦੇ ਜੇ ਬੱਚਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚਾ ਸੁਸਤ ਹੋ ਗਿਆ बेहोश ਹੋ ਗਿਆ ਨਬਜ਼ ਨਹੀਂ ਮਿਲਦੀ ਪਈ ਜਾਂ ਬੱਚੇ ਦੇ ਹੱਥ ਪੈ ਠੰਡੇ ਪੈ ਰਹੇ ਨੇ ਉਸ ਸਥਿਤੀ ਦੇ ਵਿੱਚ ਫਿਰ ਅਸੀਂ ਬੱਚੇ ਨੂੰ ਗਲੂਕੋਜ਼ ਲਗਾਣੇ ਆ ਉਹਨੂੰ ਕਈ ਵਾਰੀ ਆਕਸੀਜਨ ਵੀ ਲਾਨੀ ਪੈ ਸਕਦੀ ਹੈ ਜੀ ਇਹ ਸਾਰੀ ਚੀਜ਼ਾਂ ਤੋਂ ਬਚਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਸ਼ੁਰੂ ਦੇ ਵਿੱਚ ਹੀ ਜਿੱਦਾਂ ਪਾਟੀਆਂ ਲਗੀਆਂ اوਰਐਸ ਸ਼ੁਰੂ ਕਰਤਾ ਤੇ ਜੇ ਲੱਗਿਆ ਕਿ ਬੱਚੇ ਨੂੰ ਪਾਟੀ ਦੇ ਵਿੱਚ ਖੂਨ ਆ ਰਿਹਾ ਜਾਂ ਤੇਜ਼ ਬੁਖਾਰ ਆ ਰਿਹਾ ਤਾਂ ਉਸੇ ਟਾਈਮ ਡਾਕਟਰ ਕੋਲ ਲੈ ਕੇ ਜੀ ਡਾਕਟਰ ਸਾਹਿਬ ਮੀਡੀਆ ਬਹੁਤ ਹਵੀ ਹੋ ਗਿਆ ਸੋਸ਼ਲ ਮੀਡੀਆ ਕੈਂਪੇਨ ਦੀ ਵੀ ਆਪਾਂ ਗੱਲ ਕਰਦੇ ਸੋਸ਼ਲ ਮੀਡੀਆ ਦਾ ਵੀ ਮਾਧਿਅਮ ਜਿਹੜੇ ਹੁਣ ਸਰਕਾਰ ਦੀ ਅਗਰ ਆਪਾਂ ਗੱਲ ਕਰੀਏ ਰਾਸ਼ਟਰੀ ਪੱਧਰ ਤੋਂ ਲੈ ਕੇ ਜਿੰਨੀਆਂ ਵੀ ਯੋਜਨਾਵਾਂ ਚੱਲੀਆਂ ਜਿੰਨੇ ਅਭਿਆਨ ਚੱਲੇ ਬਹੁਤ ਜ਼ਿਆਦਾ ਉਹਦਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਡੈਰੀਆਂ ਨੂੰ ਲੈ ਕੇ ਵੀ ਕੀ ਸੋਸ਼ਲ ਮੀਡੀਆ ਮੀਡੀਆ ਦਾ ਜਿਹੜੇ ਮਾਧਿਅਮ ਦੀ ਵਰਤੋਂ ਕੀਤੀ ਜਾ ਰਹੀ ਕਿਸ ਤਰੀਕੇ ਦਾ ਪ੍ਰਚਾਰ ਹੋ ਰਿਹਾ ਹੈ ਔਰ ਕਿਸ ਪੱਧਰ ਤੱਕ ਸਭ ਤੋਂ ਇਹ ਜ਼ਰੂਰੀ ਜਿਹੜਾ ਇਹ ਇਸ ਕੈਂਪੇਨ ਬਾਰੇ ਜਾਗਰੂਕਤਾ ਪਹਚਾਣੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਰੇਡੀਓ ਚੈਨਲ ਹਮ ਦੇਉਤੇ ਮੈਂ ਦੇਖ ਰਿਹਾ ਕਿ ਹਾਇਸਟ ਲੈਵਲ ਦੇ ਆਫੀਸਰ ਜਿਹੜੇ ਆਈਐਸ ਆਫੀਸਰ ਸੈਕਟਰੀ ਜੀ ਯੂਨੀਅਨ ਮਿਨਿਸਟਰੀ ਹੈਲਥ ਆ ਦੈਨ ਹੈਲਥ ਯੂਨੀਅਨ ਹੈਲਥ ਮਿਨਿਸਟਰ ਉਹ ਵੀ ਟਾਕਸ ਦੇ ਰਹੇ ਆ ਹਰ ਡਿਸਟ੍ਰਿਕਟ ਵਿੱਚ ਜੀ ਤੁਹਾਡੇ ਸਿਵਲ ਸਰਜਨ ਡਿਪਟੀ ਕਮਿਸ਼ਨਰ ਪਟਵਾਰੀ ਜੋ ਜਿਹੜੇ ਲੈਵਲ ਤੇ ਵੀ ਕੋਈ ਅਫਸਰ ਨੇ ਜੀ ਉਹ ਇਸ ਨੂੰ ਜਾਗਰੂਕ ਕਰਨ ਲਈ ਉਹਨਾਂ ਦੇ ਜ਼ਿੰਮੇਵਾਰੀ ਨੇ ਜੀ ਤੇ ਜਿਹੜੇ ਜਿਹੜੇ ਡਿਪਾਰਟਮੈਂਟ ਇਜ਼ ਇਨਵੋਲਡ ਹੈ ਜੀ ਸੋ ਅਸੀਂ ਇਹ ਕਹਿੰਦੇ ਆ ਕਿ ਜਿੱਥੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਰਾਸ਼ਟਰੀ ਪੰਦਰ ਤੇ ਅਭਿਆਨ ਚਲਾਇਆ ਜਾ ਰਿਹਾ ਸਾਰੇ ਆਪਣਾ ਯੋਗਦਾਨ ਪਾ ਰਹੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਲਈ ਅਗਰ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਦਾ ਅਸੀਂ ਸਾਥ ਦੇਈਏ ਅੱਗੇ ਵਧ ਕੇ ਹੱਥ ਵਧਾਈਏ ਤੇ ਆਪਣਾ ਆਪਣੇ ਬੱਚਿਆਂ ਦੇ ਸੁਨਹਿਰ ਭਵਿੱਖ ਦੇ ਲਈ ਉਹਨਾਂ ਨੂੰ ਸਿਹਤਮੰਦ ਜਿਹੜਾ ਰੱਖੀਏ ਡਾਕਟਰ ਸਾਹਿਬ ਅੱਜ ਦੇ ਖਾਸ ਵਿਸ਼ੇ ਦੇ ਉੱਤੇ ਚਾਤ ਪਾਉਣ ਲਈ ਸਟੂਡੀਓ ਬਹੁਤ ਬਹੁਤ ਸ਼ੁਕਰੀਆ